ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵੀਰੋ, ਜਿਸ ਪਿਛਲੇ ਕੁਝ ਦਿਨਾਂ ਤੋਂ ਅਸੀਂ ਗੱਲਬਾਤ ਕਰ ਰਹੇ ਕਿ ਦਸੰਬਰ ਦਾ ਇਹ ਹਫਤਾ ਸਿੱਖਾਂ ਦੇ ਲਈ ਬਹੁਤ ਹੀ ਯਾਦਗਾਰ ਹਫਤਾ ਹੈ। ਮੂਲ ਨਾਨਕ ਸ਼ਾਹ ਕੈਲੰਡਰ ਅਨੁਸਾਰ ਪੋਹ ਦੇ ਮਹੀਨੇ ਦੀ ਸ਼ੁਰੂਆਤ 21 ਦਸੰਬਰ ਤੋਂ ਹੋ ਗਈ ਹੈ। ਇਸ ਹਫਤੇ ਦੌਰਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਇੱਕ ਕਰਕੇ ਸਿੱਖ ਕੌਮ ਦੇ ਲਈ ਆਪਣਾ ਪੂਰਾ ਪਰਿਵਾਰ ਵਾਰ ਦਿੱਤਾ ਸੀ। ਪੋਹ ਦਾ ਮਹੀਨਾ ਸ਼ਹਾਦਤ ਦੀ ਅਜਿਹੀ ਵਿਲੱਖਣ ਇਬਾਰਤ ਨਾਲ ਭਰਿਆ ਪਿਆ ਹੈ ਜਿਹੜਾ ਕੁਰਬਾਨੀ, ਦ੍ਰਿੜਤਾ, ਬਹਾਦਰੀ, ਅਣਖ ਦਾ ਸਿਖਰ ਹੈ। ਅੱਜ ਅਸੀਂ ਇਹਨਾਂ ਦਿਨਾਂ ਬਾਰੇ, ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਅਤੇ ਜਿਹੜਾ ਪਿਛਲੇ ਦਿਨੀ ਸਰਦਾਰ ਬਲਵੰਤ ਸਿੰਘ ਰਾਜੋਆਣਾ ਅਤੇ ਜਰਨਲਿਸਟ ਕਨਵਰ ਸੰਧੂ ਦਾ ਪਟਿਆਲਾ ਜੇਲ੍ਹ ਦੇ ਵਿੱਚ ਕਲੈਸ਼ ਹੋਇਆ ਹੈ, ਇਸ ਸਬੰਧੀ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਾਂਗੇ। ਹਿਊਮਨ ਰਾਈਟਸ ਦੇ ਐਕਟੀਵਿਸਟ, ਹਿਊਮਨ ਰਾਈਟਸ ਦੇ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਚਪੁਰ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵੀਰ ਜੀ, ਪੰਜਾਬ ਦੇ ਵਿੱਚ ਇਸ ਵੇਲੇ ਸਿਚੁਏਸ਼ਨ ਹੈ, ਉਸ ਬਾਰੇ ਗੱਲਬਾਤ ਕਰਨ ਤੋਂ ਪਹਿਲਾਂ ਜਿਸ ਤਰ੍ਹਾਂ ਮੈਂ ਇੰਟਰੋਡਕਸ਼ਨ ਦੇ ਵਿੱਚ ਆਲਰੇਡੀ ਮੈਂਸ਼ਨ ਕਰ ਚੁੱਕੀ ਹਾਂ ਕਿ ਦਸੰਬਰ ਦਾ ਇਹ ਪਹਿਲਾ ਹਫਤਾ ਸਿੱਖਾਂ ਦੇ ਲਈ ਬਹੁਤ ਹੀ ਯਾਦਗਾਰ ਹਫਤਾ ਹੈ। ਇਸ ਹਫਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਆਪਣਾ ਪੂਰਾ ਪਰਿਵਾਰ ਸਿੱਖ ਕੌਮ ਦੇ ਲਈ ਵਾਰ ਦਿੱਤਾ ਸੀ। ਸਭ ਤੋਂ ਪਹਿਲਾਂ ਚਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਅਤੇ ਇਸ ਹਫਤੇ ਬਾਰੇ ਤੁਸੀਂ ਸਾਡੇ ਟੀਵੀ 84 ਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ? ਦੇਖੋ ਹਾਂਜੀ, ਬਹੁਤ ਸ਼ਹੀਦੀਆਂ ਹੋਈਆਂ। ਗੁਰੂ ਸਾਹਿਬ ਨੇ ਇਸ ਸਮੇਂ ਜੀ ਸਾਨੂੰ ਆਪਣੇ ਪੁੱਤਰਾਂ ਨੂੰ, ਜਸਪਾਲਵੀਰ ਜੀ, ਦਿਨ ਦੀ ਔਲਾਦ ਨੂੰ ਤੇ ਆਪਣੇ ਜਿਹੜੇ ਖਾਲਸਾ ਪੰਥ ਨੂੰ ਇੱਕ ਸਮਾਨ ਦਰਜਾ ਦਿੱਤਾ। ਸਾਡੇ ਖਾਲਸਾ ਪੰਥ ਦੇ ਉੱਤੇ ਇੰਨਾ ਮਾਣ ਕੀਤਾ ਕਿ ਉਹਨਾਂ ਨੇ ਭਾਈ ਪਟਾ ਸਿੰਘ ਜੀ ਨੂੰ ਸਾਹਿਬਜ਼ਾਦਾ ਕਮਿਸ਼ਨ ਨੂੰ ਉੱਤੇ ਕੱਪੜਾ ਵੀ ਪਾ ਦਿੱਤਾ ਜੀ। ਦਾਦਾ ਸਾਰੇ ਸਿੰਘਾਂ ਦੇ ਉੱਤੇ ਕੱਪੜ ਪਾ ਗਿਆ, ਉਹਦੇ ਅਜੀਤ ਸਿੰਘ ਦੇ ਉੱਤੇ ਵੀ ਬਹੁਤ ਮੈਨੂੰ ਮਿਲੇ। ਜਸਪਾਲਵੀਰ ਜੀ, ਹੈਲੋ, ਜਸਪਾਲਵੀਰ ਜੀ, ਆਪਣੇ ਪਰਿਵਾਰ ਦੀ ਕੁਰਬਾਨੀ ਕਰਕੇ ਗੁਰੂ ਸਾਹਿਬਜ਼ਾਦਿਆਂ ਤੇ ਮਾਤਾ ਦੀ ਸੇਵਾ ਕੀਤੀ। ਅੱਜ ਦੇ ਸਾਰੇ ਪਰਿਵਾਰ ਨੂੰ ਕਹਾਣੀ ਦੇ ਵਿੱਚ ਪੀਰ ਦਿੱਤਾ ਗਿਆ ਤੇ ਪੇਪਰ ਮਲ ਵੱਲੋਂ ਜਵਾਨ ਪੇਪਰ ਮਲ ਵੱਲੋਂ ਇੱਕ ਦੁਨੀਆਂ ਸਭ ਤੋਂ ਮਹਿੰਗੀ ਜ਼ਮੀਨ ਖਰੀਦ ਕੇ ਸਾਹਿਬਜ਼ਾਦਿਆਂ ਦਾ ਜਿਹੜਾ ਸੰਸਕਾਰ ਕੀਤਾ ਗਿਆ ਤੇ ਸਾਰੀਆਂ ਸਿੱਖ ਪੰਥ ਦੇ ਯਾਦ ਦੇ ਵਿੱਚ ਦੇਸ਼ ਦੀਆਂ ਤਬਦੀਲੀ ਦੇ ਵਿੱਚ ਕਹੀਆਂ ਜਿਹੜਾ ਵਲਤਾਰ ਆ ਉਹ ਤੋਂ ਵਲਤ ਰਿਹਾ। ਉਹ ਬਹੁਤ ਜਿਹੜਾ ਉਹ ਨਿਰਾਸ਼ ਕਰਨ ਵਾਲਾ ਹੁੰਦਾ ਸੀ ਉਸ ਮਾਹੌਲ ਨੂੰ, ਇਸ ਸੰਜੀਦਗੀ ਨੂੰ ਚੜਨ ਵਾਲਾ ਜਿਹੜਾ ਮਾਹੌਲ ਹੈ ਉਹ ਸਰਕਾਰਾਂ ਵੱਲੋਂ ਗੱਲਬਾਤ ਕਰੋ। ਹੁਣ ਅਸੀਂ ਸੈਕਿੰਡ ਕਾਫੀ ਮੇਨ ਕੁਸ਼ਚਨ ਦੇ ਉੱਪਰ ਵੀ ਤੁਹਾਡੇ ਨਾਲ ਗੱਲਬਾਤ ਕਰਨਾ ਚਾਹਾਂਗੇ, ਤੁਹਾਡੇ ਵਿਊਜ਼ ਲੈਣਾ ਚਾਹਾਂਗੇ। ਜਿਸ ਤਰ੍ਹਾਂ ਪਿਛਲੇ ਦਿਨ ਬਲਵੰਤ ਸਿੰਘ ਰਾਜੋਆਣਾ ਦਾ ਜਿਹੜਾ ਕਨਵਰ ਸੰਧੂ ਦੇ ਨਾਲ ਦਾ ਪਟਿਆਲਾ ਜੇਲ੍ਹ ਵਿੱਚ ਕਲੈਸ਼ ਹੋਇਆ ਹੈ, ਇਸ ਨੂੰ ਤੁਸੀਂ ਕਿਵੇਂ ਵੇਖਦੇ ਹੋ? ਇਸ ਤੁਸੀਂ ਕੀ ਆਪਣੇ ਵਿਊਜ਼ ਰੱਖਦੇ ਹੋ? ਇਸ ਬਾਰੇ ਵੀ ਸਾਨੂੰ ਜਾਣਕਾਰੀ ਦਿਓ। ਦੇਖੋ ਇਹ ਜਿਹੜੀ ਘਟਨਾ ਬਾਹਰ ਆਈ ਹੈ ਜਾਂ ਅੰਦਰ ਕੀ ਗੱਲ ਹੋਈ ਉਹਦੇ ਬਾਰੇ ਤਾਂ ਆਪਾਂ ਵੀ ਕੁਛ ਜਾਣ ਸਕਦੇ ਜਾਂ ਕੌਣ ਸੰਧੂ ਜਾਣਦਾ ਜਾਂ ਰਾਜਸਥਾਨ ਜਾਣਦਾ। ਇਹ ਵਾਕਈ ਇੱਕ ਇੱਕ ਗੰਭੀਰ ਤੇ ਪੱਤਰਕਾਰ ਦੇ ਨਾਲ ਗੱਲਬਾਤ ਦੀ ਗੱਲ ਹੈਗੀ ਹੈ। ਇੱਕ ਮਾੜੀ ਘਟਨਾ, ਉਸ ਦਿਨ ਜਿਹੜਾ ਘਟਨਾ ਹੈਗੀ ਹੈ, ਭਾਵੇਂ ਕਿ ਸਾਰੇ ਸਿੱਖਾਂ ਨੂੰ ਆ ਲੈ ਵੀ ਤੇ ਪਹਿਲਾਂ ਹੀ ਪਤਾ ਵੀ ਇਸ ਤਰ੍ਹਾਂ ਸਿੱਖ ਨੌਜਵਾਨਾਂ ਦੇ ਝੂਠੇ ਪੁੱਤ ਮੁਕਾਬਲੇ ਜਿਹੜੇ ਬਣਾਏ ਗਏ ਪਰ ਕੋਈ ਹਮ ਨਹੀਂ ਸੀ ਹੈਗਾ ਉਹਨੂੰ ਉਹਨੂੰ ਖੜਨ ਵਾਸਤੇ, ਕੋਈ ਗਵਾਹ ਨੀ ਸੀ ਜਿਹੜਾ ਇਹਨਾਂ ਗੱਲਾਂ ਦੇ ਪੁਸਤਕਾਂ ਜਿਹੜੀ ਗਵਾਹੀ ਹੁੰਦੀ ਕਿ ਭਾਵੇਂ ਪੁਲਿਸ ਦੇ ਜਿਹੜੇ ਭਾਵੇਂ ਉਹ ਆਪਣੀ ਕਿਸੇ ਗੱਲ ਦੇ ਵਿੱਚ ਗੱਲਾਂ ਜਿਹੜੀਆਂ ਕਹਿ ਲੈ ਜਾਂ ਸਿਸਟਮ ਜਿਹੜਾ ਸਾਥ ਨਹੀਂ ਦਿੱਤਾ, ਪਰ ਜਿਹੜੀਆਂ ਗੱਲਾਂ ਉਹਨੇ ਕੀਤੀਆਂ ਉਹਦੇ ਨਾਲ ਇੰਟਰਨੈਸ਼ਨਲ ਲੈਵਲ ਦੇ ਉੱਤੇ
ਰੇਂਜ ਨਹੀਂ ਆ ਰਹੀ ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਲਾਈਕ ਧੀਮੀ ਵੀ ਆ ਰਹੀ ਹੈ ਵਿੱਚ ਵਿੱਚ ਉੱਪਰ ਵੀ ਜਾ ਰਹੀ ਹੈ ਸੋ ਕਲੀਅਰ ਨਹੀਂ ਆ ਰਹੀ ਕੁਝ ਸਮਝ ਦੇ ਵਿੱਚ ਨਹੀਂ ਆ ਰਿਹਾ ਕਿ ਤੁਸੀਂ ਆਲਰੇਡੀ ਨੈਕਸਟ ਕੁਐਸਚਨ ਜਿਹੜਾ ਸੀਗਾ ਉਹਦਾ ਆਨਸਰ ਦੇ ਚੁੱਕੇ ਹੋ ਕਿ ਨਹੀਂ ਵਿਅਰਸ ਵੈਲਕਮ ਬੈਕ ਟੂ ਨਿਊਜ਼ ਟੀਵੀ 84 ਬ੍ਰੇਕ ਤੋਂ ਬਾਅਦ ਬੀਐਸਸੀ ਹਿਊਮਨ ਰਾਈਟਸ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਚ ਪੂਜਨ ਆਪਣਾ ਸਵਾਲ ਸਿਲਸਿਲਾ ਜਾਰੀ ਕਰਦੇ ਹਨ ਜਿਹੜੇ ਕਿ ਇਸ ਵੇਲੇ ਫਿਰ ਤੋਂ ਪੰਜਾਬ ਤੋਂ ਸਾਨੂੰ ਫੋਨ ਲਾਈਨ ਤੇ ਜੁੜ ਚੁੱਕੇ ਨੇ ਜੀ ਵੀਰ ਜੀ ਵੀਰ ਜੀ ਬ੍ਰੇਕ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀਗੇ ਕਲੈਸ਼ ਦੀ ਗੱਲਬਾਤ ਕਰ ਰਹੇ ਸੀ ਭਾਈ ਰਾਜੂਆਣਾ ਤੇ ਇਸ ਕਨਵਰ ਸੰਧੂ ਦੇ ਕਲੈਸ਼ ਜਿਹੜਾ ਪਟਿਆਲਾ ਜੇਲ੍ਹ ਦੇ ਵਿੱਚ ਹੋਇਆ ਤੁਸੀਂ ਕਿਹਾ ਤੁਸੀਂ ਸਾਨੂੰ ਜਾਣਕਾਰੀ ਦਿੱਤੀ ਹੈ ਕਿ ਜੇਲ੍ਹ ਦੇ ਵਿੱਚ ਜੋ ਕੁਝ ਵਾਪਰਿਆ ਇਸ ਬਾਰੇ ਅਸੀਂ ਕੁਝ ਕਹਿ ਨਹੀਂ ਸਕਦੇ ਕਿ ਸਾਨੂੰ ਪਤਾ ਨਹੀਂ ਹੈਗਾ ਆਈ ਨੋ ਕਿ ਤੁਹਾਨੂੰ ਸਾਡੀ ਸਾਨੂੰ ਨਾ ਤੁਹਾਡੀ ਥੋੜੀ ਆਵਾਜ਼ ਘੱਟ ਆ ਰਹੀ ਸੀ ਚਾਹਾਂਗੇ ਫਿਰ ਤੋਂ ਤੁਸੀਂ ਇਸ ਟੌਪਿਕ ਨੂੰ ਟੱਚ ਕਰੋ ਆਲਸੋ ਇਸ ਦੇ ਨਾਲ ਜਿਸ ਤਰ੍ਹਾਂ ਪੰਜਾਬ ਗਵਰਨਮੈਂਟ ਨੇ ਜਾਂ ਬਾਦਲ ਸਰਕਾਰ ਨੇ ਇਸ ਨੂੰ ਹੈਂਡਲ ਕਰ ਰਹੀ ਹੈ ਕਹਿੰਦੇ ਕਿ ਕਮਿਸ਼ਨ ਬਿਠਾ ਦਿੱਤਾ ਜਾਵੇਗਾ ਉਸ ਤੇ ਤੁਸੀਂ ਕੀ ਆਪਣੇ ਵਿਊਜ਼ ਰੱਖਦੇ ਹੋ ਇਸ ਬਾਰੇ ਸਾਨੂੰ ਜਾਣਕਾਰੀ ਦਿਓ ਦੇਖੋ ਜਿਹੜੀ ਘਟਨਾ ਅੰਦਰ ਕਿਸ ਗੱਲਬਾਤ ਤੋਂ ਝੜਪ ਹੋਈ ਉਹ ਤਾਂ ਆਪਾਂ ਨੀ ਕਹਿ ਸਕਦੇ ਉਹ ਚ ਕਮਲ ਸੰਧੂ ਜਾਂ ਬਲਵੰਤ ਸਿੰਘ ਰਾਜੂਆਣਾ ਨਹੀਂ ਦੱਸ ਸਕਦੇ ਆ ਵੀ ਕੀ ਗੱਲ ਹੋਈ ਪਰ ਜਿਹੜੀ ਜਿਸ ਤਰ੍ਹਾਂ ਬਾਹਰ ਆਈ ਆ ਉਸ ਤਰ੍ਹਾਂ ਇਹ ਆ ਵੀ ਬਲਵੰਤ ਸਿੰਘ ਰਾਜੂਆਣਾ ਵੀ ਮੇਰਾ ਪੱਤ ਜਿਹੜਾ ਨਹੀਂ ਰੱਖਿਆ ਗਿਆ ਤੇ ਉਹ ਗੱਲ ਉਹਦੇ ਪੱਖ ਰੱਖਣ ਤੇ ਜਿਹੜੀ ਗੱਲ ਹੈਗੀ ਉਹ ਆਲਰੇਡੀ ਪਹਿਲਾਂ ਵੀ ਚਿੱਠੀਆਂ ਭੇਜ ਕੇ ਤੇ ਆਪਣਾ ਜਿਹੜਾ ਪੱਖ ਖਾਲਸਾ ਪੰਥ ਅੱਗੇ ਸਿੱਖਾਂ ਅੱਗੇ ਰੱਖਦੇ ਉਹਨਾਂ ਨੂੰ ਉਸੇ ਤਰ੍ਹਾਂ ਰੱਖਣਾ ਚਾਹੀਦਾ ਸੀ ਜਿਹੜੀ ਗੱਲ ਹੈਗੀ ਆ ਵੀ ਕਮਲ ਸੰਧੂ ਦੇ ਨਾਲ ਬਦਸਲੂਕੀ ਕਰਨ ਵਾਲੀ ਗੱਲ ਜੇ ਉਹ ਵਾਕਈ ਉਹ ਘਟਨਾ ਸਹੀ ਆ ਤੇ ਜਿਸ ਤਰ੍ਹਾਂ ਦਰਸਾਈ ਜਾ ਰਹੀ ਆ ਤੇ ਉਹ ਬਿਲਕੁਲ ਇੱਕ ਨਿਖੇਧੀ ਕਰਨ ਵਾਲੀ ਘਟਨਾ ਹੈਗੀ ਆ ਉਹ ਇੱਕ ਪੱਤਰਕਾਰ ਨੇ ਤਾਂ ਜੋ ਕਿਸੇ ਨੇ ਬੋਲਿਆ ਉਹਨੇ ਇਨ ਬਿਨ ਉਹਨੂੰ ਐਜ ਏ ਵੀਡੀਓਗ੍ਰਾਫੀ ਦੇ ਰਾਹੀਂ ਦੁਨੀਆਂ ਦੇ ਵਿੱਚ ਪੇਸ਼ ਕੀਤਾ ਜੇ ਕਿਸੇ ਨੂੰ ਕੋਈ ਇਤਰਾਜ਼ ਹੈਗਾ ਇਤਰਾਜ਼ ਤਾਂ ਉਹਦੇ ਉੱਤੇ ਜ਼ਿਆਦਾ ਸਿੱਖਾਂ ਨੂੰ ਤਾਂ ਕਿਸੇ ਨੂੰ ਇਤਰਾਜ਼ ਹੈ ਹੀ ਨੀ ਬਹੁਤੇ ਇਤਰਾਜ਼ ਜਿਹੜੇ ਹੈਗੇ ਉਹ ਸਰਕਾਰ ਦੇ ਆ ਪੁਲਿਸ ਵਾਲਿਆਂ ਦੇ ਇਤਰਾਜ਼ ਜ਼ਿਆਦਾ ਆ ਵੀ ਸਾਡੇ ਖਿਲਾਫ਼ ਜਿਹੜਾ ਇਸ ਤਰ੍ਹਾਂ ਬੋਲ ਰਿਹਾ ਇਸ ਘਟਨਾ ਦੇ ਵਿੱਚੋਂ ਜਿਹੜਾ ਫਾਇਦਾ ਆ ਉਹ ਪੁਲਿਸ ਵਾਲਿਆਂ ਦਾ ਜ਼ਿਆਦਾ ਆ ਸਿੱਖ ਪੰਥ ਦਾ ਇਹਦੇ ਚੋਂ ਨੁਕਸਾਨ ਵਾਲੀ ਗੱਲ ਆ ਆਪਣੇ ਨਿੱਜੀ ਗਰਜਾਂ ਪਿੱਛੇ ਛੱਡ ਕੇ ਜੋ ਸਿੱਖਾਂ ਦੇ ਨਾਲ ਘਾਣ ਹੋਇਆ ਉਹਦਾ ਇੱਕ ਇੱਕ ਜਿਹੜਾ ਠੋਸ ਜਿਹੜਾ ਐਵੀਡੈਂਸ ਕਹਿ ਸਕਦੇ ਹਾਂ ਭਾਵੇਂ ਕਿ ਸਿੱਖਾਂ ਨੂੰ ਇੱਕ ਤਿੰਨ ਹਾਕਿਆਂ ਤੋਂ ਇਹ ਕਹਿ ਰਿਹਾ ਵੀ ਪੰਜਾਬ ਪੁਲਿਸ ਜਾਂ ਇੰਡੀਅਨ ਸਟੇਟ ਜਿਹੜੀ ਹੈਗੀ ਆ ਉਹ ਇਸ ਤਰ੍ਹਾਂ ਝੂਠੇ ਪੁਲਿਸ ਮੁਕਾਬਲਿਆਂ ਦੇ ਰਾਹੀਂ ਸਿੱਖ ਨੌਜਵਾਨਾਂ ਨੂੰ ਮਾਰਿਆ ਗਿਆ ਤੇ ਪਰ ਉਹਦਾ ਕੋਈ ਕੋਈ ਆਈ ਵਿਟਨੈਸ ਜਿਹੜਾ ਕਦੀ ਕੋਈ ਸਾਹਮਣੇ ਨਹੀਂ ਆਇਆ ਇੱਕ ਦੋ ਇੱਕਾ ਦੁੱਕਾ ਆਏ ਵੀ ਜਗਜੀਤ ਸਿੰਘ ਜਾਂ ਸਤਨਾਮ ਸਿੰਘ ਮਾਣਕ ਇਹਨਾਂ ਨੇ ਇਹ ਗੱਲਾਂ ਕੀਤੀਆਂ ਪਰ ਜਿਹੜਾ ਗੁਰਮੀਤ ਪਿੰਕੀ ਕਿਉਂਕਿ ਆਪ ਮੌਕੇ ਤੇ ਹਾਜ਼ਰ ਤੇ ਬਹੁਤ ਵੱਡੀਆਂ ਘਟਨਾਵਾਂ ਦਾ ਜਾਣੀ ਵੀ ਸੈਸ਼ਨ ਦੀ ਜਿਹਨੂੰ ਗਵਾਹ ਕਿਹਾ ਜਾ ਸਕਦਾ ਜਿਹਦਾ ਕੇਵਲ ਪੁਲਿਸ ਅਫਸਰਾਂ ਤੱਕ ਹੀ ਕੋਈ ਉਹਦਾ ਮੇਲ ਸਾਫ ਸੀਗਾ ਉਹਦਾ ਹਾਈ ਪੁਲਿਸ ਆਫਿਸਰ ਤੇ ਅਫਸਰ ਸਾਰੀ ਬਿਊਰੋਕਰੇਸੀ ਤੱਕ ਉਹਦੀ ਜਿਹੜੀ ਪਹੁੰਚ ਸੀਗੀ ਤੇ ਜਿਸ ਤਰ੍ਹਾਂ ਕੋਲਡ ਬਲੱਡ ਮਰਡਰ ਕੀਤੇ ਗਏ ਉਹਦੀ ਹਾਜ਼ਰੀ ਦੇ ਵਿੱਚ ਤੇ ਉਹਦਾ ਜ਼ਾਹਰ ਕਰ ਰਿਹਾ ਤੇ ਹੁਣ ਦੁਨੀਆਂ ਭਰ ਦੇ ਵਿੱਚ ਉਹਦੀਆਂ ਕੀਤੀਆਂ ਹੋਈਆਂ ਗੱਲਾਂ ਨੂੰ ਇਮੋਰਾਈਜ਼ ਫੈਕਟਰੀ ਵਿੱਚ ਲੈ ਕੇ ਜਾ ਉਹਦੇ ਉੱਤੇ ਜਿਹੜੀਆਂ ਰਿਟਾਂ ਪਾਉਣ ਦੇ ਵੀ ਯਤਨ ਜਿਹੜੇ ਆ ਕੀਤੇ ਜਾ ਰਹੇ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਾਂ ਸੁਪਰੀਮ ਕੋਰਟ ਚ ਤੇ ਉਹ ਉਹਦੇ ਨਾਲ ਕਿਸੇ ਨੂੰ ਇਤਰਾਜ਼ ਹੋ ਸਕਦਾ ਗੁਰਮੀਤ ਸਿੰਘ ਕੀ ਨਾ ਪਰ ਉਹਨੂੰ ਜ਼ਾਹਰ ਕਰਨ ਵਾਲੇ ਪੱਤਰਕਾਰ ਦੇ ਨਾਲ ਇਸ ਤਰ੍ਹਾਂ ਬਦਸਲੂਕੀ ਜਿਹੜੀ ਆ ਉਹ 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 ਸਿੱਖਾਂ ਦੇ ਜਿਹੜੇ ਹੋਏ ਕਤਲੇਆਮ ਦੇ ਜਿਹੜਾ ਠੋਸ ਗਵਾਹੀ ਸਾਹਮਣੇ ਰੱਖਣ ਵਾਲੇ ਨੂੰ ਇਸ ਤਰ੍ਹਾਂ ਕਰਨਾ ਉਹ ਬਹੁਤ ਨਿਖੇਧੀ ਵਾਲੀ ਗੱਲ ਆ ਕੀਤਾ ਸਾਰੀ ਗੱਲਬਾਤ ਉਹ ਗਲਤ ਗੱਲ ਹੈਗੀ ਉਹਨੂੰ ਆਪਣਾ ਇਤਰਾਜ਼ ਜਾਂ ਆਪਣਾ ਜਿਹੜਾ
ਵਖਰੇਵਾ ਆ ਹੋਰ ਢੰਗ ਤਰੀਕੇ ਦੇ ਨਾਲ ਜਿਹੜਾ ਜ਼ਾਹਰ ਕਰਨਾ ਚਾਹੀਦਾ ਸੀ ਇਸ ਤਰ੍ਹਾਂ ਜ਼ਾਹਰ ਕਰਨਾ ਜਿਹੜਾ ਉਹ ਸੋਭਾ ਨਹੀਂ ਦਿੰਦਾ ਇੰਨੇ ਸਿੱਖ ਲਈ ਜਿਹਨੇ ਕੌਮ ਲਈ ਵੀ ਜੇਲ੍ਹ ਕੱਟੀ ਆ ਜਾਂ ਜਿਹਨੇ ਏਦਾਂ ਕੰਮ ਕੀਤਾ ਜੀ ਜੀ ਵੀਰ ਜੀ ਵੀਰ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਸ ਮੁੱਦੇ ਤੇ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਬਾਕੀ ਕੁਐਸਚਨਸ ਲਈ ਐਕਚੁਅਲੀ ਸਾਡਾ ਟਾਈਮ ਹੁਣ ਇਜਾਜ਼ਤ ਨਹੀਂ ਦੇ ਰਿਹਾ ਤੁਹਾਡੇ ਕੋਲ ਇੱਥੇ ਇਜਾਜ਼ਤ ਲੈਣੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵੀਰ ਜੀ ਵਿਅਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਕੀਪ ਵਾਚਿੰਗ ਨਿਊਜ਼ ਟੀਵੀ 84 ਵਿਲ ਬੀ ਰਾਈਟ ਬੈਕ ਆਫਟਰ ਅ ਸ਼ੋਰਟ ਬ੍ਰੇਕ